ਮੰਨਦਾ ਵਾ ਲਓ ਬਾਬੇ ਕਾਈ ਵਾਲਾ ਡਿਜ਼ਾਈਨ ਕਢਾ ਲਿਆ ਦੋ ਹੋ ਗਏ ਡਿਜ਼ਾਈਨ ਚੈੱਕ ਕਰੋ ਕਿੱਡਾ ਘੈਂਟ ਆ ਹਾਂਜੀ ਗਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਸੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਕਾਈਟ ਵਲੌਗ ਦੇ ਵਿੱਚ ਸੋ ਅੱਜ ਯਾਰ ਹੋਣੀ ਚੱਲੇ ਨੇ ਜੀ ਕਾਈਟ ਸ਼ੋਪਿੰਗ ਕਰਨ ਦੇ ਲਈ ਵੈਲਕਮ ਬੈਕ ਟੂ ਚੈਨਲ ਗਾਈਜ਼ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਸੋ ਯਾਰ ਕਾਫੀ ਟਾਈਮ ਹੋ ਗਿਆ ਕਾਈਟ ਸ਼ੋਪਿੰਗ ਕੀਤਿਆਂ ਨੂੰ ਸੋ ਇਸ ਵਾਰੀ ਨਾ ਆਪਾਂ ਨੇ ਤਿੰਨ ਤਾਵਿਆਂ ਦੀ ਬਹੁਤ ਘੱਟ ਸ਼ੋਪਿੰਗ ਕੀਤੀ ਸੋ ਅੱਜ ਫਾਈਨਲੀ ਤਿੰਨ ਤਾਵਿਆਂ ਦੀ ਸ਼ੋਪਿੰਗ ਕਰਨ ਚੱਲੇ ਹਾਂ ਪਿਛਲੀ ਵਾਰੀ ਵੀ ਗਏ ਸੀ ਅਤੇ ਡੇਢ ਤਾਵੇ ਲਿਆ ਕੇ ਆ ਗਏ ਸੀ ਅਤੇ ਉਦੋਂ ਪਿਛਲੀ ਵਾਰੀ ਗਏ ਉਦੋਂ ਤਿੰਨ ਤਾਵੇ ਲਿਆਂਦੇ ਬਟ ਦੋ ਤਿੰਨ ਪੀਸ ਹੀ ਲਿਆਂਦੇ ਸੋ ਅੱਜ ਆਪਾਂ ਨੇ ਘੈਂਟ ਘੈਂਟ 8 ਤੋਂ 9 ਡਿਜ਼ਾਈਨ ਲਿਆਉਣੇ ਆ ਤਿੰਨ ਤਾਵਿਆਂ ਦੇ ਅਤੇ ਬਾਕੀ ਛੋਟੀ ਗੁੱਡੀ ਵੀ ਲਿਆਉਣੀ ਆ ਬਾਕੀ ਜੇ ਹੋਰ ਵੀ ਪਤੰਗਾਂ ਪਸੰਦ ਹੋਣਗੀਆਂ ਸੋ ਉਹ ਵੀ ਲਿਆਵਾਂਗੇ ਅਤੇ ਇੱਕ ਆਪਾਂ ਪਤੰਗ ਤਿਆਰ ਕਰਨੇ ਦਿੱਤੀ ਆ ਜੇ ਤਾਂ ਉਹ ਪਤੰਗ ਤਿਆਰ ਹੋ ਗਈ ਠੀਕ ਆ ਨਹੀਂ ਤਾਂ ਫਿਰ ਆਪਾਂ ਦੂਸਰੀਆਂ ਪਤੰਗਾਂ ਚੁੱਕ ਕੇ ਲੈ ਆਉਣੀਆਂ ਵਾ ਅਤੇ ਫਿਲਹਾਲ ਹੀ ਅੱਜ ਬੰਦੇ ਮੇਰੇ ਨਾਲ ਸੋਹਣੇ ਸੋਹਣੇ ਆ ਇੱਧਰ ਮੱਠੀ ਭਾਅ ਨੂੰ ਬੜੇ ਯਾਦ ਕਰਦੇ ਸਾਰੇ ਵਲੌਗ 'ਚ ਮੱਠੀ ਹੈਲੋ ਕਰਦੇ ਹੈਲੋ ਭਾਅ ਜੀ ਮੱਠੀ ਨੂੰ ਸੁਸਤੀ ਪਈ ਅਤੇ ਇੱਕ ਵੀ ਰਾਹ ਆ ਨਾਲ ਸੋ ਹੁਣ ਇੱਥੋਂ ਚੱਲਦੇ ਹਾਂ ਆਪਾਂ ਨੂੰ 13 ਕੁ ਕਿਲੋਮੀਟਰ ਦਾ ਰਸਤਾ ਵਾ ਅਤੇ ਅੱਜ ਹੈਗਾ ਜੀ ਕ੍ਰਿਸਮਸ ਸੋ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਕ੍ਰਿਸਮਸ ਮੈਰੀ ਕ੍ਰਿਸਮਸ ਹੈਪੀ ਕ੍ਰਿਸਮਸ ਅਤੇ ਇਹ ਵਲੌਗ 'ਤੇ ਚਲੋ ਅਗਲੇ ਦਿਨ ਹੀ ਆਊਗਾ ਨੈਕਸਟ ਡੇ ਸੋ ਹੁਣ ਚੱਲਦੇ ਹਾਂ ਮਿੰਟੋ ਮਿੰਟ ਮੱਠੀ ਚੱਲ ਬੱਕਰੀ ਤੂੰ ਚਲਾ ਅੱਜ ਇੱਥੋਂ ਤੱਕ ਦੇ ਚਲਾ ਆਹੋ ਸੋ ਹੁਣ ਮਿੱਤਰੋ ਮਿੰਟੋ ਮਿੰਟ ਚੱਲਦੇ ਹਾਂ ਅਤੇ ਪਤੰਗਾ ਲੈ ਕੇ ਆਉਂਦੇ ਹਾਂ ਬਾਕੀ ਤੁਹਾਨੂੰ ਰੇਟ ਵਗੈਰਾ ਵੀ ਦੱਸਾਂਗੇ ਅਤੇ ਪਤੰਗਾ ਦਿਖਾਵਾਂਗੇ ਘੈਂਟ ਘੈਂਟ ਹੋਰ ਵੀ ਕਾਫੀ ਪਤੰਗਾ ਹੁੰਦੀਆਂ ਉਹਨਾਂ ਕੋਲ ਉੱਥੇ ਓਏ ਹੋਏ ਹੋਏ ਟੋਰ ਤੇ ਮੁੰਡੇ ਦੀ ਕਹਿੰਦੇ ਸਾਰੀ ਤੁਰੇ ਮਿੱਤਰੋ ਬਾਕੀ ਮੇਰੇ ਵਾਲ ਇਗਨੋਰ ਕਰਿਓ ਤੁਹਾਡਾ ਭਰਾ ਵਾਲ ਵਧਾਉਣ ਡਿਆ ਵਾ ਓਏ ਚੱਕਰ 'ਚ ਕਟਿੰਗ ਕੁਟਿੰਗ ਵਗੈਰਾ ਨਹੀਂ ਕਰਾਈ ਸੋ ਥੋੜੇ ਆਊਟ ਜੇ ਲੱਗਣ ਡੇ ਹੋਣੇ ਆ ਬਾਬੇ ਬਟਾਲੇ ਪਹੁੰਚ ਗਏ ਆ ਇੱਥੋਂ ਅਸੀਂ ਜਾਣਾ ਵਾ ਠਠਿਆਰਾ ਮਹੱਲਾ ਆੜੇ ਵਾਲੀ ਗਲੀ ਇੱਥੇ ਹੈਗਾ ਵਾ 4-5 ਕਿਲੋਮੀਟਰ ਦਾ ਰਸਤਾ ਰਹਿ ਗਿਆ ਬਸ ਲਓ ਬਾਬਿਓ ਸੋ ਮੱਚ ਟ੍ਰੈਫਿਕ 'ਚ ਫਸ ਗਏ ਹਾਂ ਆਹ ਗੱਡੀ ਵਾਲਾ ਨਹੀਂ ਇੰਜੀਨ ਦੇਣ ਡਿਆ ਨਾ ਗਾਂਹ ਹੋਣ ਡਿਆ ਨਾ ਸਾਨੂੰ ਗਾਂਹ ਹੋਣ ਦੇਣ ਡਿਆ ਪਿੱਛੇ ਵੀ ਹੈ ਸੋ ਮੱਚ ਟ੍ਰੈਫਿਕ ਆਈ ਹੇਟ ਟ੍ਰੈਫਿਕ ਓਹ ਮਾਈ ਗੋਡ ਮਤਲਬ ਮਹਾਂ ਨਿਕਲ ਕੇ ਆਏ ਜੀ ਟ੍ਰੈਫਿਕ ਦੇ ਅੱਜ ਯਾਰ ਕ੍ਰਿਸਮਸ ਵਾ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਆ ਇੱਧਰ ਵੀ ਆ ਸਾਰੀ ਮਾਰਕੀਟ ਭਰੀ ਗੱਡੀਆਂ ਨਾਲ ਹੀ ਲਓ ਬਾਬਿਓ ਸ਼ੌਪ ਤੇ ਗਏ ਆ ਜੀ ਪਹੁੰਚ ਇੱਥੇ ਲਾ ਲਾ ਸਾਈਡ ਜੀ ਦੇ ਲਓ ਮਿੱਤਰਾ ਇੱਧਰ ਨਵੇਂ ਗੁੱਡੇ ਵੀਰ ਹੋਣਾ ਟੰਗ ਤੇ ਆ ਚੈੱਕ ਕਰੋ ਤੇ ਅੰਕਲ ਹੁਣ ਗਏ ਆ ਅੰਦਰ ਇੱਕ ਗੁੱਡਾ ਵੀ ਤਿਆਰ ਕਰਾਉਣੇ ਦਿੱਤਾ ਉਹ ਵੇਖਦੇ ਹਾਂ ਤਿਆਰ ਹੋਇਆ ਕਿ ਨਹੀਂ ਬਾਕੀ ਆ ਡਿਜ਼ਾਈਨ ਚੈੱਕ ਕਰੋ ਇੱਧਰ ਚਾਰੇ ਪਾਸੇ ਕਿਹੜੇ ਕਿਹੜੇ ਘੈਂਟ ਆ ਅੰਕਲ ਹੁਣਾਂ ਨੂੰ ਗੁੱਡਾ ਤਿਆਰ ਕਰਨੇ ਦਿੱਤਾ ਅੰਕਲ ਹੁਣਾਂ ਕੀਤਾ ਨਹੀਂ ਅਜੇ ਅੰਕਲ ਬੜਾ ਟਾਈਮ ਲਾਤਾ ਹੈ ਤੁਸੀਂ ਆ ਡਿਜ਼ਾਈਨ ਡਿਜ਼ੂਨ ਕੱਟ ਕੇ ਰੱਖੇ ਅਸੀਂ ਤਾਂ ਹੁਣ ਚੱਲ ਜਾਣਾ ਵਾ ਬਸ ਮੈਂ ਤਾਂ ਪਤੰਗਾ ਲੈਣ ਆਏ ਮੈਂ ਤਾਂ ਆਖਿਆ ਨਹੀਂ ਫਿਰ ਔਖਾ ਹੋ ਜਾਣਾ ਫਿਰ ਕਿਸ ਦਿਨ ਆ ਜਾਵਾਂਗੇ ਪਰਸੋਂ ਚੌਥ ਆ ਜਾਵਾਂਗੇ ਅੰਕਲ ਹੁਣ ਅੱਗੇ ਤਿਆਰ ਕੀਤਾ ਤੇ ਅੰਕਲ ਆਂਦੇ ਮੇਰੇ ਕੋਲ ਫਟ ਗਿਆ ਸੀ ਸਾਰਾ ਟੀਲਾ ਟੁੱਟ ਗਿਆ ਅੱਛਾ ਚੈੱਕ ਕਰਨ ਲੱਗਾ ਤੇ ਚੰਗੇ ਵੇਲੇ ਚੋਲ ਟੁੱਟ ਗਿਆ ਤੁਹਾਡਾ ਨੁਕਸਾਨ ਹੋ ਜਾਣਾ ਨਹੀਂ ਦੇ ਠੀਕ ਹੈ ਜੀ ਬਣਾ ਦੇਣਾ ਗੁੱਡਾ ਆ ਚੈੱਕ ਕਰੋ ਪੀਸ ਕੱਟ ਕੇ ਰੱਖੇ ਆ ਸਾਰੇ ਗੁੱਡੇ ਨੂੰ ਸਾਰੇ ਲਾਉਣੇ ਹੁਣ ਆਨੂੰ ਨਾ ਤਿੰਨ ਤਾਵੇ ਵਿਖਾ ਦਿਓ ਇਹਨਾਂ ਨੂੰ ਤਾਂ ਰੰਗ ਹੀ ਬਣੇ ਦੱਸੇ ਤੁਹਾਨੂੰ ਇਹ ਬੜੇ ਰੰਗ ਲਾਉਣੇ ਇਹਦੇ 'ਚ ਵੇਖੀ ਬਾਕੀ ਆ ਨਵੇਂ ਡਿਜ਼ਾਈਨ ਇੱਧਰ ਟੰਗੇ ਆ ਉਧਰ ਹੈਗੇ ਦੂਜੇ ਤਿੰਨ ਤਾਵੇ ਟੰਗਣੀਆਂ ਜੇ ਆਹੋ ਆ ਤੇ ਅੱਗੇ ਅਸੀਂ ਖੜੇ ਆ ਲੈ ਆ ਫਿਰ ਟੰਗਣੇ ਮੈਂ ਥੱਲੇ ਉਹ ਥੱਲੇ ਤਾਂ ਲਾਤੀ ਮੈਂ ਠੀਕ ਆ ਤੇ ਅਸੀਂ ਲੈ ਗਏ ਸਾਰਿਆਂ 'ਚ ਇੱਕ ਇੱਕ ਪੀਸ ਇਹਨਾਂ 'ਚ ਉਧਰ ਲੱਗੇ ਮੇਰੇ ਹਿਸਾਬ ਨਾਲ ਜ਼ਿਆਦਾ ਨਾ ਦੂਜੇ ਵੱਡੀਆਂ ਵੈਰਾਈਟੀਆਂ ਉਧਰ ਨੇ ਸਾਰੀਆਂ ਹੁਣ ਆ ਤੇ ਦੁਕਾਨ ਲਾਉਣੇ 20 ਰੁਪਏ ਦਾ ਸਰ ਠੀਕ 50-25 ਰੁਪਏ ਦਾ ਹਾਂਜੀ 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 ਅਸੀਂ 20 ਦਾ ਵੇਚਣਾ ਲਓ ਬਾਬੇ ਤਿੰਨ ਤਾਵੇ 'ਚ ਕਾਹ ਡਿਜ਼ਾਈਨ ਲੱਭਿਆ ਫਿਲਹਾਲ ਤੇ ਹੁਣ ਦੂਸਰੀ ਦੁਕਾਨ ਤੇ ਜਾਣਾ ਠੀਕ ਹੈ ਨਾ ਸੋਹਣਾ ਵਾ ਡਿਜ਼ਾਈਨ ਚੈੱਕ ਕਰੋ ਕਿੱਡਾ ਘੈਂਟ ਆ ਬਾਕੀ ਇੱਧਰ ਆਹ ਚੈੱਕ ਕਰੋ ਆਹ ਜੇ ਤਿਆਰ ਹੋਣ ਵਾਲਾ ਵਾ ਥੋੜ੍ਹਾ ਜਿਹਾ ਇਹ ਆ ਫਿਰ ਆਹ ਵਾ ਡੱਬੂ ਕਾਈਟ ਹਨੇਰੀ 'ਚ ਵੇਖੀ ਜਾਂਦਾ ਵਾ ਬੱਤੀ ਚੱਕਦੀ ਆ ਆਹ ਚੈੱਕ ਕਰੋ ਕਿੱਡੇ ਕਿੱਡੇ ਘੈਂਟ ਡਿਜ਼ਾਈਨ ਆ ਆਹ ਅੱਖਾਂ ਵਾਲਾ ਆਹ ਪਿਛਲੀ ਵਾਰੀ ਖੜਿਆ ਇਹਦੇ ਨਾਲ ਦਾ ਅਸੀਂ ਇੱਥੋਂ ਪਏ ਹਾਂ ਸ਼ਨੀ ਭਲਾ ਹਾਂ ਇੱਥੋਂ ਕੱਢ ਲਾ ਪੀਸ ਜਿਹੜਾ ਕੋਈ ਸਹੀ ਲੱਗਦਾ ਕੀ ਰਿਪੋਰਟ ਕੱਢ ਲਾ ਫਿਰ
ਲਓ ਜੀ ਇਹ ਕਾਰ ਡਿਜ਼ਾਈਨ ਕੱਢ ਲਿਆ ਪੂਰੀ ਗਲਾਈ ਚ ਆ ਨਾ ਗੁੱਡਾ ਓ ਗੁੱਡੀ ਫਾਈ ਹੈ ਇੱਥੋਂ ਕੰਮ ਕਰਾਉਣਾ ਨਾ ਖਰਾਬ ਨਹੀਂ 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 ਓਕੇ ਇਹਨਾਂ ਨੇ ਕੁਛ ਨਹੀਂ ਦੋ ਹੋ ਗਏ ਆਈ ਲਵ ਯੂ ਦੱਲਾਂ ਐ ਚ ਕੱਢ ਦੋ ਮੱਠੀ ਦੇ ਪਸੰਦ ਦੀ ਮੱਛੀ ਇਹ ਕਾ ਕੱਢ ਲਾ ਕਾਲੀ ਜੀ ਆ ਕਾਲਾ ਠੀਕ ਹੀ ਹਾਂ ਦੋ ਪੀਸ ਇਹ ਕੱਢ ਲਾ ਡਬਲ ਡਬਲ ਕਰ ਦਿਓ ਅੰਕਲ ਦੋਵਾਂ ਦੇ ਲਓ ਦੋ ਪੀਸ ਆ ਹੋ ਗਏ ਜੀ ਤੇ ਦੋ ਇਹ ਹੁਣ ਉਧਰੋਂ ਵੱਡੀ ਗੁੱਡੀ ਵੇਚਦੇ ਆ ਤੇ ਉਧਰੋਂ ਕਢਾਉਂਦੇ ਆ ਇੱਧਰ ਤੇ ਖਾਸੇ ਡਿਜ਼ਾਈਨ ਨਹੀਂ ਹੈਗੇ ਇੱਧਰ ਨਾਰਮਲ ਨਾਰਮਲ ਡਿਜ਼ਾਈਨ ਆ ਇਹਨਾਂ 'ਚ ਆਪਾਂ ਸਾਰੇ ਲੈ ਗਏ ਅੱਗੇ ਇੱਕ ਵਾਰੀ ਫਿਲਹਾਲ ਹੀ ਆ ਦੋ ਡਿਜ਼ਾਈਨ ਕੱਢੇ ਇੱਕ ਸਿੰਪਲ ਜਿਹਾ ਵਾ ਤੇ ਇੱਕ ਤੇ ਆ ਪੂਰਾ ਘੈਂਟ ਡਿਜ਼ਾਈਨ ਆ ਪ੍ਰੋਪਰ ਹੁਣ ਉਧਰ ਵੇਖਦੇ ਆ ਦੂਸਰੀ ਸ਼ੋਪ ਤੇ ਇੱਕ ਅੰਕਲ ਆ ਲਾ ਦਿਓ ਆਲ ਇਹ ਵੀ ਤਿੰਨ ਤਾਂ ਵਾਈ ਆ ਨਾ ਇਹ 'ਚ ਥੱਲੇ ਲਾ ਵਿਖਾ ਦਿਓ ਭਲਾ ਕਿਹੜਾ ਪਹਿਲਾਂ ਇਹ ਉੱਪਰ ਵਾਲਾ ਸਹੀ ਮੱਠੀ ਉਹੀ ਕਰ ਦਿਓ ਬਲੈਕ ਹੀ ਆ ਵੀ ਡਿਜ਼ਾਈਨ ਦੇਖੋ ਕਿੱਡਾ ਘੈਂਟ ਆ ਲਓ ਜੀ ਵੀ ਰੱਖੋ ਜੀ ਉਹ ਵੇਲਾ ਉਹ ਲੈਣਾ ਤੇ ਆ ਲੈਣਾ ਤੇ ਆ ਲੈਣਾ ਆ ਠੀਕ ਆ ਲੈ ਤਿੰਨ ਪੀਸ ਹੋ ਗਏ ਜੀ ਲਓ ਮਿੱਤਰੋ ਦੂਸਰੀ ਦੁਕਾਨ ਤੇ ਚੱਲੇ ਆ ਉਧਰ ਘੈਂਟ ਘੈਂਟ ਡਿਜ਼ਾਈਨ ਰੱਖੇ ਅੰਕਲ ਹੋਣਾ ਪੂਰੇ ਮੱਠੀ ਨੂੰ ਨਿੱਕੀਆਂ ਨਿੱਕੀਆਂ ਗੁੱਡੀਆਂ ਮੱਠੀ ਨੇ ਨਾ ਭਲਾ ਕਿਹੜੀ ਗੁੱਡੀ ਪਸੰਦ ਕੀਤੀ ਆਪਣੇ ਮੂੰਹ ਵਿੱਚ ਜੰਮੀ ਮਾਰ ਦੂਗਾ ਲਓ ਇੱਧਰ ਜੇ ਅਸਲੀ ਖਜ਼ਾਨਾ ਇੱਧਰ ਚੈੱਕ ਕਰ ਤੂੰ ਡਿਜ਼ਾਈਨ ਚੈੱਕ ਕਰੀ ਜਾਈ ਠੀਕ ਹੈ ਜੀ ਇੱਕ ਇੱਧਰ ਡਿਜ਼ਾਈਨ ਬਹੁਤ ਹੀ ਘੈਂਟ ਘੈਂਟ ਜਿਹਾ ਚੈੱਕ ਕਰੋ ਜੀ ਉਹ ਵਸਤੂ ਜੀ ਇੱਕ ਆਪਾਂ ਇਹ ਕਢਾਇਆ ਅੱਖਾਂ ਵਾਲਾ ਇੱਕ ਹੈਗਾ ਇੱਧਰ ਮੱਛਾ ਦੋ ਹੋ ਗਏ ਨਹੀਂ ਇਹ ਰਹਿਣ ਦੇ ਨਹੀਂ ਓਕੇ ਜੇ ਅੰਕਲੇ ਕੋਈ ਸੋਹਣਾ ਜਿਹਾ ਵੱਖਰਾ ਜਿਹਾ ਕੱਢ ਕੇ ਦੋ ਹਾਂ ਵੇਖੋ ਉਹ ਆ ਗਿਆ ਜਰਾ ਥੱਲੇ ਲਾ ਤਿੰਨ ਹੋਰ ਆਉਣ ਦੋ ਤਾਂ ਨੂੰ ਤੋ ਨੈਕਸਟ ਆ ਗਏ ਨੇ ਜੀ ਇਹ ਵਾਲੇ ਇਹ ਤੇ ਅੱਗੇ ਵਾਲਾ ਹਨਾ ਇਹ ਵੀ ਹੋ ਗਿਆ ਬਸ ਇੱਧਰ ਇਹੀ ਆ ਰਾਤ ਇੱਧਰ ਬਾਰਾਂ ਤਾਵੇ ਵੀ ਲੱਗੇ ਆ ਬਟ ਇਹਨਾਂ ਨੂੰ ਆਪਾਂ ਨੂੰ ਖੜਨ ਦਾ ਬਹੁਤ ਔਖਾ ਹੋ ਜਾਣਾ ਵਾ ਮੋਟਰਸਾਈਕਲ ਤੇ ਲੈ ਜਾਏਗਾ ਜੇ ਲੈ ਜਾਏਗਾ ਚੁੱਕ ਲੈਣਾ ਮੈਂ ਹਾਂ ਇਹਨਾਂ ਦਾ ਔਖਾ ਹੋ ਜਾਣਾ ਖੜਨਾ ਨਹੀਂ ਤੇ ਇਹ ਵੀ ਲੈ ਜਾਣਾ ਚੁੱਕ ਕੇ ਹਾਂ ਇੱਥੋਂ ਹੀ ਨਹੀਂ ਜਾਣਾ ਬਾਹਰ ਸਹੀ ਗੱਲ ਹੀ ਇਹ ਲਈ ਹੱਥੀ ਉੱਥੀ ਚਾਹੀਦਾ ਨਾ ਲਓ ਬਾਬੇ ਤਿੰਨ ਪੀਸ ਕਢਾਏ ਆ ਫਿਲਹਾਲ ਹੀ ਤੇ ਤਿੰਨ ਕੁ ਪੀਸ ਉੱਧਰ ਆ ਇੱਧਰੋਂ ਵੇਖਦੇ ਹਨ ਹੋਰ ਕੋਈ ਮੱਠੀ ਠੀਕ ਹੈ ਇੱਧਰ ਹੋ ਗਏ ਹਨਾ ਓਕੇ ਸਾਰੇ ਲਓ ਬਾਬੇ ਉਹ ਤੀਸਰੀ ਸ਼ੋਪ 'ਤੇ ਆ ਗਏ ਹਨ ਮੰਨਦਾ ਵਾ ਬੰਦਾ ਅੱਡਾ ਹੈਰਾਨ ਹੀ ਹੋਈ ਜਾਂਦਾ ਜੀ ਇਹ ਪਹਿਲੀ ਵਾਰੀ ਆਇਆ ਨਾ ਸਾਡੇ ਨਾਲ ਆਹ ਉਦਣ ਵੇਖਿਆ ਸੀ ਉਦਣ ਰਹਿ ਗਿਆ ਸੀ ਇਹ ਆਪਣੇ ਮੂੰਹ ਵਰਗਾ ਗੁੱਡਾ ਮੰਗਣਾ ਤੇਰੇ ਮੂੰਹ ਵਰਗਾ ਜੀ ਆਹ ਸੋਹਣਾ ਨਾ ਇੱਕ ਕੱਢ ਦੇ ਵੀ ਇਹ ਵੱਖਰਾ ਹੀ ਭੂਤ ਬਣਾਇਆ ਅੰਕਲ ਐ ਤੁਸੀਂ ਆ ਡਿਜ਼ਾਈਨ ਚੱਕਰ ਘੈਂਟ ਆ ਇਹ ਵੀ ਪਾਲਾ ਵਿੱਚ ਜੀ ਲਓ ਬਾਬੇ ਕਾਏ ਵਾਲਾ ਡਿਜ਼ਾਈਨ ਕਢਾ ਲਿਆ ਠੀਕ ਆ
ਚਲੋ ਲਓ ਜੀ ਮੋੜ ਆ ਗਏ ਆ ਦੁਕਾਨ ਤੇ ਹੁਣ ਬਿੱਲ ਕਰਾਈਏ ਤੇ ਗੁੱਡੇ ਚੁੱਕੀ ਤੇ ਚੱਲੀਏ ਇੱਥੇ ਰੱਖ ਦੇ ਆ ਵੀ ਆਪਣੇ ਆ 3 ਪੀਸ 2 ਇੱਧਰ ਹੋ ਗਏ ਤੇ ਆ ਆ 2 ਕ ਬਸ ਓਕੇ ਆ ਲਓ ਬਾਬੇ ਸ਼ਾਪਿੰਗ ਹੋ ਗਈ ਆ ਡਨ ਆ ਚੀਲੇ ਲੈ ਲੈ ਅੰਕਲ ਕੋ ਤਿੰਨ ਤਾਂ ਹੈ ਨਹੀਂ ਅੰਕਲ ਹੁਣ ਜਾ ਕੇ ਗੁੱਡੀ ਬਣਾਉਣੀ ਆ ਇੱਕ ਘਰ ਕਿਉਂਕਿ ਗੁੱਡੀਆਂ ਕਾਫੀ ਹੋ ਗਈਆਂ ਬਸ ਸਹੀ ਸਲਾਮਤ ਲੈ ਜਾਈਏ ਅੱਗੇ ਪਿਛਲੀ ਵਾਰੀ ਮੱਠੀ ਨੇ ਪਾਰਤੀਆਂ ਨੇ ਸਾਰੀਆਂ ਮਿੱਤਰੋ ਹੁਣ ਬਸ ਇੱਕੋ ਗੱਲ ਦਾ ਡਰ ਆ ਸਹੀ ਸਲਾਮਤ ਘਰ ਪਹੁੰਚ ਜਾਈਏ ਗੁੱਡੇ ਇੰਨੇ ਫਰੇ ਆ ਹਾਂ ਤੇ ਜੁੱਤੀਆਂ ਇਹਨੂੰ ਫਿਰਨੀਆਂ ਚੱਲ ਤੀ ਮੇਰੇ ਹੱਥੋਂ ਨਹੀਂ ਪਾੜਦਾ ਗੁੱਡਾ ਚੱਲ ਬਹਿ ਸੋਹਣੇ ਕਿਉਂ ਨਹੀਂ ਦੋ ਜਾਣੇ ਮੈਂ ਕੱਲ ਹੀ ਲਿਆਂਦੇ ਆ ਸਹੀ ਤਰੀਕੇ ਨਾਲ ਫੜਨੇ ਆ ਗੁੱਡੇ ਕੈਮਰਾ ਬੰਦ ਕਰ ਲਈਏ ਕੈਮਰਾ ਬਾਕੀ ਤੁਹਾਨੂੰ ਘਰ ਜਾ ਕੇ ਫਿਰ ਡਿਜ਼ਾਈਨ ਵਿਖਾਉਂਦੇ ਆ ਹਨਾ ਲਓ ਬਾਬੇ ਉਹ ਹੁੱਡੀ ਪਾ ਲਈ ਆ ਸੋਰੀ ਕੈਪ ਪਾ ਲਈ ਆ ਜਾਦੂ ਜਿਹਾ ਬਣ ਗਿਆ ਵਾ ਮਹਾ ਟ੍ਰੈਫਿਕ ਚੋਂ ਨਿਕਲੇ ਜੀ ਅਸੀਂ ਬਸ ਇੱਕੋ ਡਰ ਆ ਗੁੱਡੇ ਸਹੀ ਸਲਾਮਤ ਪਹੁੰਚ ਜਾਣ ਘਰ ਆਹ ਚੈੱਕ ਕਰ ਲਓ ਪਤੰਗ ਕਿੱਦਾਂ ਫੜੀ ਸਾਰੀ ਇੱਦਾਂ ਜਮਾਂ ਨਹੀਂ ਪਤੰਗ ਪਾੜਦੀ ਉਦਣ ਮੱਠੀ ਨੇ ਪੁੱਠੀ ਫੜੀ ਉਹਦੇ ਚੱਕਰ 'ਚ ਪਾੜ ਗਈ ਸੀ ਬਾਕੀ ਇਹ ਸਮਝ ਲਓ ਵੀ ਇਹ ਤਾਂ ਸਿਰਫ 0% ਸ਼ੋਪਿੰਗ ਆ ਆਪਣੀ ਅਸਲੀ ਸ਼ੋਪਿੰਗ ਤਾਂ ਆਪਣੀ 1 ਤਰੀਕ ਤੋਂ ਹੋਣੀ ਆ ਸ਼ੁਰੂ ਘੈਂਟ ਘੈਂਟ ਪੂਰੀ ਲਓ ਬਾਬੇ ਉਹ ਪਤੰਗਾਂ ਲੈ ਕੇ ਪਹੁੰਚ ਗਏ ਆਪਣੇ ਰੋਡ 'ਤੇ ਹਜੇ ਤੱਕ ਤਾਂ ਸਹੀ ਸਲਾਮਤੀਆਂ ਪਤੰਗਾਂ ਸਾਰੀਆਂ ਰਸਤੇ ਜਿਹੜਾ ਲੰਘਦਾ ਵੇਖੀ ਜਾਂਦਾ ਵੇਖੀ ਜਾਂਦਾ ਹੁਣ ਬਸ 20 ਮਿੰਟ ਦਾ ਰਸਤਾ ਰਹਿ ਗਿਆ ਔਰ ਫਿਰ ਆਪਾਂ ਪਿੰਡ ਪਹੁੰਚ ਜਾਣਾ ਫਿਰ ਤਾਂ ਜਾ ਕੇ ਸਾਰੀਆਂ ਪਤੰਗਾਂ ਦੇ ਡਿਜ਼ਾਈਨ ਵਿਖਾਉਂਦੇ ਹਾਂ ਪ੍ਰੋਪਰ ਨਹੀਂ ਵਿਖਾਉਣੇ ਪ੍ਰੋਪਰ ਅਗਲੀ ਵੀਡੀਓ 'ਚ ਦਿਖਾਵਾਂਗੇ ਜਦੋਂ ਫਲਾਇੰਗ ਕਰਾਂਗੇ ਨਾ ਬਾਕੀ ਰੇਟ ਵਗੈਰਾ ਵੀ ਦੱਸਦੇ ਹਾਂ ਬਸ ਹੁਣ ਘਰ ਪਹੁੰਚ ਜਾਈਏ ਟਾਈਮ ਨਾਲ ਪਤੰਗਾਂ ਸਹੀ ਸਲਾਮਤ ਪਹੁੰਚ ਜਾਣ ਬਾਕੀ ਨਹੀਂ ਕੋਈ ਚੱਕਰ ਹੈਗਾ ਹੱਥ ਥੱਕ ਗਿਆ ਜੀ ਮੇਰਾ ਪੜ ਗਿਆ ਫੜ ਇਹਨੂੰ ਕਿੱਥੇ ਆ ਆ ਪੂਛ ਪਾਟੀ ਆ ਚੱਲ ਬਹੁਤ ਧੁੱਤੇ ਲੈ ਆ ਚੱਲ ਚੱਲ ਚਲੋ ਬੇਟਾ ਚਲੋ ਮਿੱਤਰੋ ਬਾਂਹ ਪੀਰ ਕਰਨ ਡਿਆ ਵੀ ਜੇ ਇੰਨੀ ਮੁਸ਼ਕਲ ਲਿਆਉਂਦੇ ਆ ਨਾ ਮੈਂ ਗੁੱਡੇ ਉਤਲੇ ਗੁੱਡ ਤੇ ਆ ਜਾ ਇੱਕ ਤੇ ਮੱਠੀ ਰੇਸ ਨਹੀਂ ਘੱਟ ਕਰਦਾ ਰੇਸ ਨਾ ਪੀ ਜਾਂਦਾ ਨਾ ਪੀ ਜਾਂਦਾ ਉਹ ਕਰਕੇ ਜੇ ਗੁੱਡਾ ਤਾਂ ਉੱਡਦਾ ਨਾ ਜ਼ੋਰ ਬੜਾ ਲੱਗਦਾ ਯਾਰ ਹੱਥਾਂ ਨਾਲ ਬੜੀ ਮੁਸ਼ਕਲ ਲਿਆਉਂਦੇ ਜੀ ਬਾਕੀ ਮਿੱਤਰੋ ਇੱਧਰ ਰਹੀ ਆ ਆਪਣੀ ਅੱਜ ਦੀ ਸਾਰੀ ਕਾਇਟ ਸ਼ੋਪਿੰਗ ਅਤੇ ਹੁਣ ਮੈਂ ਤਾਂ ਲੇਖੇ ਕਰਕੇ ਨਾ ਸਾਰਿਆਂ ਦੇ ਡਿਜ਼ਾਇਨ ਚੈੱਕ ਕਰਾਉਂਦਾ ਵਾ ਸੋ ਸਭ ਤੋਂ ਪਹਿਲਾਂ ਜੀ ਆਪਣੇ ਕੋਈ ਤਰ੍ਹਾਂ ਛੋਟੀ ਗੁੱਡੀ ਆ ਜਿਹੜੀ ਕਿ ਲੱਗੀ ਹੋਈ ਆ ਜੀ ਉੱਪਰ ਇਹ ਹੈਗਾ ਵਾ ਮੱਛਾ ਇਹ ਮੱਠੀ ਹੋਣਾ ਮੇਰੇ ਹਿਸਾਬ ਨਾਲ ਬੰਨੇ ਆ ਗੁੱਡੇ ਹੈ ਨਾ ਸੋ ਸਭ ਤੋਂ ਪਹਿਲੇ ਹੈਗੇ ਮੱਛੇ 'ਚ ਆਪਣੇ ਕੋਲ ਇਹ ਵਾਲੇ ਡਿਜ਼ਾਇਨ ਇੱਕ ਹੈਗਾ ਵਾ ਬਲੈਕ ਅੱਖਾਂ ਵਾਲਾ ਉਸ ਤੋਂ ਨੈਕਸਟ ਵੀ ਹੈਗਾ ਆਪਣੇ ਕੋਲ ਅੱਖਾਂ ਵਾਲਾ ਉਸ ਤੋਂ ਨੈਕਸਟ ਹੈਗਾ ਵਾ ਆਈ ਲਵ ਯੂ ਵਾਲਾ ਸੋ ਇਹ ਇੱਕ ਇਹ ਵਾਲਾ ਡਿਜ਼ਾਇਨ ਆ ਇਹਦੇ 'ਚ ਵੀ ਆਪਣੇ ਕੋਲ 2 ਪੀਸ ਆ ਇੱਕ ਇਹ ਵਾਲਾ ਯੈਲੋ ਐਂਡ ਇੱਕ ਇਹ ਵਾਲਾ ਉਸ ਤੋਂ ਨੈਕਸਟ ਡਿਜ਼ਾਇਨ ਆ ਜੀ ਆਹ ਚੈੱਕ ਕਰੋ ਪਿਸਤੌਲ ਵਾਲਾ ਇਹ ਛੋਟੀ ਗੁੱਡੀ ਆ ਆਪਣੀ ਇਹ 'ਚ ਵੀ ਆਪਣੇ ਕੋਲ 2 ਪੀਸ ਪਏ ਆ ਸੋ ਇਹਦੇ 'ਚ ਵੀ ਆਪਣੇ ਕੋਲ 2 ਪੀਸ ਆ ਚੈੱਕ ਕਰੋ ਦੋਵਾਂ ਪਾਸੇ ਪਿਸਤੌਲਾਂ ਵਾਲੇ ਲੱਗੇ ਹੋਏ ਆ ਸੋ 2 ਪੀਸ ਹੋ ਗਏ ਆਪਣੇ ਇਹ ਵਾਲੇ ਉਸ ਤੋਂ ਬਾਅਦ ਆਉਂਦਾ ਜੀ ਆਪਣੇ ਕੋਲ ਇਹ ਵਾਲਾ ਡਿਜ਼ਾਇਨ ਜੋ ਕਿ ਹੈਗਾ 3 ਤਾਵੇ 'ਚ ਆਹ ਡਿਜ਼ਾਇਨ ਚੈੱਕ ਕਰੋ ਕਿੱਡਾ ਸੋਹਣਾ ਵਾ ਅਤੇ ਇਹ ਲਖਨਊ ਕਾਰਡ 'ਚ ਵਾ ਸੋ ਇੱਕ ਆਪਣੇ ਕੋਲ ਇਹ ਵਾਲਾ ਡਿਜ਼ਾਇਨ ਆ ਉਸ ਤੋਂ ਨੈਕਸਟ ਆਪਣੇ ਕੋਲ ਸਾਰੇ 3 ਤਾਵੇ ਆ ਗਏ ਆ ਜਿੰਨਾ ਚ ਕਿ ਇੱਕ ਸਸਤੀ ਗੁੱਡੀ ਆ ਆਹ ਚੈੱਕ ਕਰੋ ਇਹ ਹੈਗੀ ਆ ਪਿਓਰ ਬਲੈਕ ਵਾ ਇਹ ਵਾਲੀ ਉਸ ਤੋਂ ਨੈਕਸਟ ਰੈੱਡ ਵਾਲੀ ਇਹ ਵੀ ਬਿਲਕੁਲ ਸਿੰਪਲ ਵਾ ਉਸ ਤੋਂ ਨੈਕਸਟ ਹੁੰਦੀ ਆ ਜੀ ਆਹ ਵਾਲੀ ਸਟਾਰ ਵਾਲੀ ਸੋ ਆਹ ਵਾਲਾ ਡਿਜ਼ਾਇਨ ਚੈੱਕ ਕਰੋ ਕਿੱਡਾ ਘੈਂਟ ਆ ਉਸ ਤੋਂ ਨੈਕਸਟ ਆਉਂਦੇ ਆ ਆਹ ਚੈੱਕ ਕਰੋ ਮੇਰਾ ਫੇਵਰੇਟ ਡਿਜ਼ਾਇਨ ਅੱਜ ਦਾ ਇਹ ਡਿਜ਼ਾਇਨ ਆਹ ਚੈੱਕ ਕਰੋ ਵਾ ਬੜੀ ਆਉਂਦੀ ਆ ਕਿੱਧਰ ਨੂੰ ਜਾਈ ਜਾਂਦਾ ਆਹ ਚੈੱਕ ਕਰੋ ਆਹ ਡਿਜ਼ਾਇਨ ਘੈਂਟ ਆ ਨਾ ਓਕੇ ਆ ਨਾ ਭਾਅ ਜੀ ਅਤੇ ਉਸ ਤੋਂ ਨੈਕਸਟ ਆਉਂਦਾ ਜੀ ਆਹ ਵਾਲਾ ਅੱਖਾਂ ਵਾਲਾ ਇਹ ਵੀ ਆਪਣਾ ਫੇਵਰੇਟ ਹੈ ਉਸ ਤੋਂ ਨੈਕਸਟ 2 ਡਿਜ਼ਾਇਨ ਆਉਂਦੇ ਨੇ ਜੀ ਆਹ ਆਹ ਚੈੱਕ ਕਰੋ ਕਿਹੜੇ ਕਿਹੜੇ ਘੈਂਟ ਆ ਆਹ ਵੀ ਡਿਜ਼ਾਇਨ ਬਹੁਤ ਘੈਂਟ ਆ ਸਾਰਾ ਗੁੱਡਾ ਭਰਿਆ ਪਿਆ ਵਾ ਪ੍ਰੋਪਰ ਹੀ ਸੋ ਇਹ ਸਾਰੇ ਗੁੱਡੇ ਆ ਜਿਨ੍ਹਾਂ ਦੀ ਅੱਜ ਆਪਾਂ ਨੇ ਸ਼ੋਪਿੰਗ ਕੀਤੀ ਆ ਅਤੇ ਬਾਕੀ ਇਹ ਸਾਰੀ ਗੁੱਡੀ ਦਾ ਟੋਟਲ ਆਪਾਂ ਨੂੰ ਪ੍ਰਾਈਜ਼ ਪਿਆ ਜੀ 750 ਰੁਪਈਏ ਦੇ ਕਰੀਬ 800 ਰੁਪਈਆ ਪੈ ਹੀ ਗਿਆ ਮੰਨ ਲਓ ਸੋ ਇੰਨੇ ਗੁੱਡੇ ਆਏ ਜਿਹਦੇ ਵਿੱਚ ਕਿ ਸਿਰਫ ਸਾਰੀਆਂ ਵੱਡੀਆਂ ਗੁੱਡੀਆਂ ਆਈਆਂ 3-3 ਤਾਵੇ ਆ ਅਤੇ ਛੋਟੀਆਂ ਗੁੱਡੀਆਂ 'ਤੇ 4-5 ਪੀਸ ਹੀ ਆ ਅਤੇ ਬਾਕੀ ਡਿਜ਼ਾਇਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਘੈਂਟ ਘੈਂਟ ਆ ਇਹਦੇ ਵਿੱਚ ਆਪਣੇ ਕੋਲ ਜਿਹੜੇ ਆ ਨਾ ਜਿਹੜੇ ਨੋਰਮਲ ਡਿਜ਼ਾਇਨ ਆ ਉਹ ਆਪਾਂ ਨੂੰ ਪਿਆ 40-40, 50-50 ਰੁਪਏ ਦਾ ਪੀਸ ਅਤੇ ਜਿਹੜੇ ਵਧੀਆ ਵਾ ਉਹ ਪਿਆ 90-90 ਰੁਪਏ ਦਾ ਪੀਸ 100-100 ਦਾ ਜਿੱਦਾਂ ਚੈੱਕ ਕਰੋ ਆਹ ਡਿਜ਼ਾਇਨ ਆ ਇਹ ਡਿਜ਼ਾਇਨ ਮਹਿੰਗੇ ਪਏ ਆ
तो इन्हों की आप काइट फ्लाइंग करांगे जी नैक्सट वीडियो च। सो वो व्लॉग वेखना ना भुल्यो, तो बाकी होप करता तुहानू अज दा वाला व्लॉग वधिया लगा होगा। वधिया लगा लाइक शेयर एंड कमेंट जरूर करो, तो चैनल में सबसक्राइब कर लियो। बाकी तुहानू मैं थोड़े गुड्डियां दे प्राइज दस दा किहदा किहदा पिया। सो आला गुड्डा 100 रुपए का पिया ही, ए आला भी, तो जिदा हुण वह ब्लैक विखाया तुहानू प्योर वह पिया ही 40 रुपए का, तो एक आला आ जिहड़े सिंपल डिजाइन आ ये आपां नूं पिया जी 60 रुपए, ये 60 रुपए का ये वाला। तो आ जिहड़े डिजाइन आ ये थोड़े महंगे पे आ। तो बाकी सारे जणे वीडियो नूं लाइक कर दिओ, चैनल नूं सबसक्राइब कर लिओ। मिलदे आ तुहानूं नैक्सट वीडियो च। टिल दैन टेक केयर, रब रखा जी।